मैं प्रशासन को भी अपील करदा कि सख्ती की जाए, अगर ये लोग इस तरह घर निकलते रहे तो यदा बहुत माड़ा अपन असर भुगतना पेगा, क्योंकि कई लोग देखो तुम हम सारा शहर इस टाइम गड्डिया कारा स्कूटर भरया पाया वै, तो मेरी बेनती है भी प्रशासन को ये सख्त कार्रवाई करनी चाहिए है। लुधियाना के मौजपुरा बाजार उस समय हालात देख सकते हो कि किस तरह जो दुकाना इतने खुलिया है ने, बड़ी तादाद दुकाना खुलिया ने, लेकिन इतने ना ही सोशल डिस्टेंस का कोई ध्यान रखा जा रहा है। तुसी दुकाना देखो, दुकाना दे पूरी तरह रिटेल काउंटर बने हुए इस समय, तुसी दुकाना के बाहर देख सकते हो रिटेल दे विच जो समान वेचा जा रहा, दुकाना के अद्धे शटर खुले ने, पुलिस इतने मौजूद है, लेकिन जिहड़ियां दुकानां ने इत्थे वड्डी तादाद दे विच जिहड़े लोकी खोल के बैठे ने, इत्थे किते ना किते प्रशासन की पुख्ता पोल जिहड़ी हैगी है खुलदी नज़र दिखाई दे रही है। क्यों तो इत्थे दुकानदारां दा भी पुछण की कोशिश करते हैं कि जिहड़े ये दुकानदार ने दुकानां खोल के बैठे ने, की कारण है, उन्होंने सोशल डिस्टेंस के बारे कुछ पता नहीं है या नहीं, इन्हां दे कोलों पुछदे हैं। जी तुसीं इत्थे दुकान खोल के बैठे हो, दुकान खोल के बैठे हो, हां जी कर रहे हो, तुहानूं कदे उत्थे इत्थे रेट दे दित्ते सप्लाई दे दुकान ते आवे आ रहे ने ते देख के ना सप्लाई भी करते पे जी। बिल्कुल ਤੁਸੀਂ ਦੇਖ ਸਕਦੇ ਹੋ ਕਿ ਦੁਕਾਨਦਾਰ ਖੁਦ ਮੰਨ ਰਹੇ ਨੇ ਕਿ ਇੱਥੇ ਇੱਥੇ ਸਪਲਾਈ ਕਰ ਰਹੇ ਨੇ। ਇੱਥੇ ਸਮਾਨ ਲੈਣ ਆਏ ਹੋ? ਹਾਂਜੀ ਹਾਂਜੀ। ਘਰੋਂ ਆਏ ਹੋ? ਹਾਂਜੀ। ਤੇ ਤੁਹਾਡੇ ਕੋਲ ਘਰ ਨਹੀਂ ਪਹੁੰਚਦਾ ਸਮਾਨ? ਦਿਓ ਨਹੀਂ ਜੀ, ਅਸੀਂ ਆਪ ਹੀ ਲੈਣ ਆਨੇ ਹਰੇ। ਘਰ ਨਹੀਂ ਪਹੁੰਚਿਆ ਜਾ ਰਿਹਾ? ਨਹੀਂ ਜੀ। ਤੁਸੀਂ ਦੇਖ ਸਕਦੇ ਹੋ ਘਰ ਦੇ ਵਿੱਚ ਜਿਹੜੇ ਹੈਗੇ ਨੇ ਪਹੁੰਚਾਉਣ ਦੇ ਆਦੇਸ਼ ਦਿੱਤੇ ਗਏ ਨੇ ਸਰਕਾਰ ਵੱਲੋਂ, ਲੇਕਿਨ ਇੱਥੇ ਕੋਈ ਵੀ ਨਾ ਹੀ ਸੋਸ਼ਲ ਡਿਸਟੈਂਸ ਦਾ ਧਿਆਨ ਰੱਖਿਆ ਜਾ ਰਿਹਾ ਅਤੇ ਨਾ ਹੀ ਇੱਥੇ ਕੀ ਤੁਸੀਂ ਦੇਖ ਸਕਦੇ ਹੋ ਦੁਕਾਨਾਂ ਜਿਹੜੀਆਂ ਨੇ ਵੱਡੀ ਤਾਦਾਦ 'ਚ ਖੁੱਲੀਆਂ ਨੇ, ਪੁਲਿਸ ਇੱਥੇ ਮੌਜੂਦ ਹੈ, ਲੇਕਿਨ ਪੁਲਿਸ ਦੇ ਬਾਵਜੂਦ ਇੱਥੇ ਕੋਈ ਵੀ ਜਿਹੜੀ ਹੈਗੀ ਇਹਨਾਂ ਤੋਂ ਪੁੱਛਗਿੱਛ ਨਹੀਂ ਹੋ ਰਹੀ, ਅਤੇ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਵੱਡੀ ਤਾਦਾਦ ਦੇ ਵਿੱਚ ਇੱਥੇ ਭੀੜ ਇੱਥੇ ਦੇਖੀ ਜਾ ਸਕਦੀ ਹੈ। ਤੁਹਾਨੂੰ ਅਸੀਂ ਪੂਰੇ ਬਾਜ਼ਾਰ ਦਾ ਜਿਹੜਾ ਹੈਗਾ ਦ੍ਰਿਸ਼ ਦਿਖਾਵਾਂਗੇ, ਜਿਹੜੇ ਉਹਦੇ ਬਾਜ਼ਾਰ ਹੈਗੇ ਨੇ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਕਿੱਦਾਂ ਖੁੱਲ੍ਹੇ ਹੋਏ ਨੇ, ਅਤੇ ਲੋਕ ਇੱਥੇ ਵੱਡੀ ਤਾਦਾਦ ਦੇ ਵਿੱਚ ਪਹੁੰਚਦੇ ਪਏ ਨੇ। ਤੁਸੀਂ ਸਾਹਮਣੇ ਵੀ ਦੇਖ ਸਕਦੇ ਹੋ ਕਿ ਦੁਕਾਨਦਾਰ ਜਿਹੜੇ ਹੈਗੇ ਨੇ ਦੁਕਾਨਾਂ ਦੇ ਅੱਧੇ ਸ਼ਟਰ ਜਿਹੜੇ ਹੈਗੇ ਖੋਲ੍ਹ ਕੇ ਬੈਠੇ ਹੋਏ ਨੇ, ਅਤੇ ਸਪਲਾਈ ਜਿਹੜੀ ਹੈ ਇੱਥੋਂ ਦਿੱਤੀ ਜਾ ਰਹੀ ਹੈ ਲੋਕਾਂ ਨੂੰ, ਲੇਕਿਨ ਲੋਕ ਜਿਹੜੇ ਹੈਗੇ ਨੇ ਘਰਾਂ ਦੇ ਵਿੱਚੋਂ ਨਿਕਲ ਕੇ ਇੱਥੇ ਪਹੁੰਚਦੇ ਪਏ ਨੇ ਵੱਡੀ ਤਾਦਾਦ ਦੇ ਵਿੱਚ। ਤੁਸੀਂ ਦੇਖ ਸਕਦੇ ਹੋ ਟ੍ਰੈਫਿਕ ਵੀ ਇੱਥੇ ਚੱਲ ਰਿਹਾ, ਅਤੇ ਲੋਕਾਂ ਨੂੰ ਇੱਥੇ ਮਹਾਮਾਰੀ ਦਾ ਕੋਈ ਵੀ ਜਿਹੜਾ ਹੈਗਾ ਡਰ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਦੁਕਾਨਦਾਰ ਇਸ ਸਮੇਂ ਹਰ ਦੁਕਾਨਦਾਰ ਜਿਹੜਾ ਹੈਗਾ ਅੱਧੇ ਅੱਧੇ ਸ਼ਟਰ ਖੋਲ੍ਹ ਕੇ ਬੈਠਾ ਹੈ, ਜਿਹੜੇ ਪਾਸਾਂ ਦਾ ਜਿਹੜਾ ਹੈਗਾ ਇੱਥੇ ਕਿਤੇ ਨਾ ਕਿਤੇ ਜਿਹੜਾ ਲੱਗ ਰਿਹਾ, ਕਿਤੇ ਨਾ ਕਿਤੇ ਜਿਹੜਾ ਵੀ ਨਜਾਇਜ਼ ਫਾਇਦਾ ਜਿਹੜਾ ਹੈਗਾ ਇਹਨਾਂ ਦੁਕਾਨਦਾਰਾਂ ਵੱਲੋਂ ਚੱਕਿਆ ਜਾ ਰਿਹਾ, ਚੰਦ ਮੁਨਾਫੇ ਦੇ ਲਈ ਜਿਹੜਾ ਇਹ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਤਾਦਾਦ ਦੇ ਵਿੱਚ ਲੋਕ ਇੱਥੇ ਮੌਜੂਦ ਹੈਗੇ ਨੇ, ਅਤੇ ਦੁਕਾਨਦਾਰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਥੇ ਬਾਹਰ ਨਿਕਲੇ ਹੋਏ ਨੇ, ਅਤੇ ਦੁਕਾਨਦਾਰ ਹਰ ਦੁਕਾਨਦਾਰ ਚੰਦ ਮੁਨਾਫੇ ਲਈ ਇੱਥੇ ਨਿਕਲਦਾ ਹੈ, ਅਤੇ ਪੈਸੇ ਕਮਾਉਣ ਦੇ ਚੱਕਰ ਦੇ ਵਿੱਚ ਕਿਤੇ ਨਾ ਕਿਤੇ ਇਹ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਵੀ ਨਹੀਂ ਰੱਖਿਆ ਜਾ ਰਿਹਾ। ਤੁਹਾਨੂੰ ਪੂਰੇ ਬਾਜ਼ਾਰ ਦੇ ਦ੍ਰਿਸ਼ ਅਸੀਂ ਦਿਖਾਵਾਂਗੇ, ਪੂਰਾ ਬਾਜ਼ਾਰ ਜਿਹੜਾ ਹੈਗਾ ਇਸ ਸਮੇਂ ਖਚਾ ਖਚ ਭਰਿਆ ਹੋਇਆ ਗ੍ਰਾਹਕਾਂ ਦੇ ਨਾਲ, ਲੋਕ ਇੱਥੇ ਭੀੜ ਭਾਈ। ਮੈਂ ਤਾਂ ਸਰ ਮੇਰੀ ਸ਼ੋਪ ਹੈਗੀ ਹੈ। ਤੁਸੀਂ ਇੱਥੇ ਕਿਹਦਾ ਕੰਮ ਕਰਦੇ? ਸਰ ਕਰੰਟਲੀ ਸ਼ੋਪ ਹੈ ਆਪਣੀ। ਤੁਹਾਨੂੰ ਕਦੇ ਜਿਹੜੇ ਪਾਸ ਮਿਲਿਆ ਕਦੇ ਵਾਸਤੇ ਮਿਲਿਆ? ਸਰ ਡਿਲੀਵਰੀ ਵਾਸਤੇ। ਦੇਖ ਸਕਦੇ ਹੋ ਦੁਕਾਨਦਾਰ ਇੱਥੇ ਜਿਹੜੇ ਹੈਗੇ ਨੇ ਪੁਖਤਾ ਇੱਥੇ ਪਹੁੰਚੇ ਹੋਏ ਨੇ, ਦੁਕਾਨਦਾਰਾਂ ਦੇ ਕੋਲ ਜਿਹੜਾ ਹੈਗਾ ਬਿਲਕੁਲ ਵੀ ਜਿਹੜਾ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ, ਅਤੇ ਕਿਤੇ ਨਾ ਕਿਤੇ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਜਿਹੜੇ ਕਿ ਦੁਕਾਨਦਾਰਾਂ ਦੇ ਕੋਲ ਜਿਹੜੇ ਗ੍ਰਾਹਕ ਹੈਗੇ ਨੇ ਕਿੱਥੋਂ ਆਏ, ਅਸੀਂ ਉਹਨਾਂ ਨੂੰ ਪੁੱਛਦੇ ਹਾਂ ਜੀ। ਜੀ ਕਰਿਆਨੇ ਦਾ ਸਪਲਾਈ ਤਾਂ ਨਹੀਂ ਇੱਥੇ ਹੁੰਦੀ ਜੀ, ਸਪਲਾਈ ਤਾਂ ਕੋਈ ਇੱਕ ਇੱਕ ਸਮਾਨ ਨੂੰ ਕਿਹੜਾ ਦੇਣਾ ਹੋਊਗਾ, ਇਸ ਕਰਕੇ ਅਸੀਂ ਆਪ ਆ ਕੇ ਲੈ ਜਾਂਦੇ ਹਾਂ। ਤੁਹਾਨੂੰ ਪਤਾ ਤੁਹਾਨੂੰ ਇਹਨਾਂ ਜਿਹਨਾਂ ਕੋਲ ਜਿਹੜੇ ਇਹਨਾਂ ਕੋਲ ਆਦੇਸ਼ ਹੈਗੇ ਨੇ ਇਹ ਜੀ ਹਜ਼ਾਰਾਂ ਦੇ ਹਿਸਾਬ ਨਾਲ ਗਾਹਕ ਹੈ, ਇੱਕ ਇੱਕ ਬੰਦੇ ਨੂੰ ਕਿੱਦਾਂ ਪਹੁੰਚਾਣ ਕੇ ਇੱਕ ਗੈਡ ਜਿਸੀ ਜ਼ਿੰਮੇਵਾਰੀ ਨਾ ਤੁਹਾਡੀ ਜ਼ਿੰਮੇਵਾਰੀ ਨਹੀਂ ਹੈ, ਪਤਾ ਨਹੀਂ ਇਸ ਬਾਰੇ ਹੁਣ ਕੀ ਹੈ। ਤੁਸੀਂ ਦੁਕਾਨਦਾਰ ਹੋ ਜੀ? ਹਾਂਜੀ ਜੀ। ਤੁਹਾਡੇ ਕੋਲ ਕਾਹਦੇ ਪਾਸ ਨੇ? ਸਾਡੇ ਕੋਲ ਦੁਕਾਨ ਖੋਲ੍ਹਣ ਦਾ ਪਾਸ ਨੇ, ਤੇ ਡਿਲੀਵਰੀ ਦਾ ਪਾਸ? ਡਿਲੀਵਰੀ ਦਾ ਪਾਸ ਨਹੀਂ ਹੈਗਾ ਜੀ। ਮਤਲਬ ਪਾਸ ਦਾ ਪਾਸ ਦੇ ਤੁਸੀਂ ਆਪਣਾ
ਲੋ ਜੀ ਕਿੰਨੇ ਮਿੰਟਾਂ ਦਾ ਪਾਸ ਹੈ ਜੀ ਤੁਹਾਡਾ ਇਹ ਪਾਸ ਦੇਖਿਆ ਜਾ ਸਕਦਾ ਤੁਸੀਂ ਦੇਖਿਆ ਜਾ ਸਕਦਾ ਇੱਥੇ ਪੁਲਿਸ ਮੁਲਾਜ਼ਮ ਵੀ ਜਿਹੜੇ ਹੈਗੇ ਨੇ ਪੁੱਛਗਿਛ ਕਰ ਰਹੇ ਨੇ ਲੇਕਿਨ ਕਿਤੇ ਨਾ ਕਿਤੇ ਦੁਕਾਨਦਾਰਾਂ ਦੇ ਕੋਲ ਜਿਹੜੇ ਪਾਸ ਹੈਗੇ ਨੇ ਉਹਨਾਂ ਦੇ ਉੱਤੇ ਸਾਫ਼ ਜਿਹੜੀਆਂ ਹਦਾਇਤਾਂ ਹੈਗੀਆਂ ਨੇ ਉਹਦਾ ਦੇ ਮੁਤਾਬਕ ਜਿਹੜਾ ਹੈਗਾ ਉਹ ਚੱਲਿਆ ਨਹੀਂ ਜਾ ਰਿਹਾ ਅਤੇ ਤੁਸੀਂ ਦੇਖ ਸਕਦੇ ਹੋ ਪੁਲਿਸ ਵੀ ਇੱਥੇ ਪਹੁੰਚੀ ਹੈ ਮੌਜੂਦ ਹੈਗੀ ਹੈ ਤੁਸੀਂ ਰਸ਼ ਦੇਖ ਸਕਦੇ ਹੋ ਇਸ ਸਮੇਂ ਕਿ ਕਿੰਨਾ ਜ਼ਿਆਦਾ ਬੋਲੋ ਪਾਰਕਿੰਗ 'ਚ ਵਹੀਕਲ ਆਉਣ ਨੂੰ ਕਿਹਾ ਨਾ ਸਵੇਰੇ ਅਸੀਂ ਜਦ ਤਾਂ ਨਾਕਾ ਲਾ ਕੇ ਖੜੇ ਗਏ ਜਿੰਨੇ ਟੂ ਵੀਲਰ ਆ ਪਾਰਕਿੰਗ ਕਰਨਗੇ ਆਰ ਸੀ ਕੱਢੋ ਆਪਣੇ ਆਰ ਸੀ ਕੱਢ ਮੇਰਾ ਵੀਰ ਆਰ ਸੀ ਕੱਢੋ ਲਿਆ ਚਲਾਨ ਮੁੱਕ ਲਿਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਚਲਾਨ ਕੱਟੇ ਜਾ ਰਹੇ ਨੇ ਅਤੇ ਨਾਲ ਹੀ ਕਿਤੇ ਨਾ ਕਿਤੇ ਤੁਸੀਂ ਕਿੱਥੋਂ ਆਏ ਹੋ ਮੀਨਾ ਬਾਜ਼ਾਰ ਤੋਂ ਹਾਂਜੀ ਮੀਨਾ ਬਾਜ਼ਾਰ ਤੋਂ ਕੀ ਲੈਣ ਆਏ ਹੋ ਇੱਥੇ ਕਰਿਆਨਾ ਚੀਨੀ ਲੈ ਰਿਹਾ ਚਲੋ ਅਸੀਂ ਇਹਨਾਂ ਦੇ ਨਾਲ ਨਾਲ ਇਹਨਾਂ ਦੀ ਦੁਕਾਨ ਤੋਂ ਵੀ ਪੁੱਛਦੇ ਹਾਂ ਕਿ ਇਹਨਾਂ ਕੋਲ ਕਿਹੜੇ ਪਾਸ ਹੈਗੇ ਨੇ ਜੀ ਜੀ ਕਿਹੜੇ ਪਾਸ ਹੈ ਤੁਹਾਡੇ ਕੋਲ ਬਾਜੀ ਮੇਰੇ ਕੋਲ ਫੂਡ ਸਪਲਾਈ ਦਾ ਜੀ ਸਪਲਾਈ ਦਾ ਪਾਸ ਆ ਤੁਹਾਡੇ ਕੋਲ ਇੱਥੇ ਹਾਂਜੀ ਸਪਲਾਈ ਕਿਦਾਂ ਦੇ ਰਹੇ ਹੋ ਉੱਥੇ ਦੁਕਾਨ ਤੇ ਦੁਕਾਨ ਖੋਲ ਕੇ ਹਾਂਜੀ ਦੁਕਾਨ ਖੋਲ ਕੇ ਕਿਦਾਂ ਸਪਲਾਈ ਦੇ ਰਹੇ ਹੋ ਦੁਕਾਨ ਖੋਲ ਕੇ ਬਾਜੀ ਸਾਨੂੰ ਆਰਡਰ ਹੈਗਾ ਵੀ ਦੁਕਾਨ ਤੇ ਖੋਲ ਕੇ ਮੰਡੀ ਦੁਕਾਨ ਖੋਲਣ ਦੇ ਆਰਡਰ ਹੈ ਦੁਕਾਨ ਤੇ ਸਪਲਾਈ ਕਰਨ ਦੇ ਆਰਡਰ ਨਹੀਂ ਹੈ ਤੁਹਾਡੇ ਕੋਲ ਅੱਛਾ ਮਾਜੀ ਟੈਂਪੂ ਤੇ ਦੇ ਰਹੇ ਬਾਜੀ ਰਿਕਸ਼ੇ ਤੇ ਜਾ ਰਿਹਾ ਮਾਲ ਸਾਡਾ ਅਸੀਂ ਨਹੀਂ ਦਿੱਤਾ ਸਕੂਟਰ ਤੇ ਬਾਜੀ ਸਾਡਾ ਅਸੀਂ ਦੇ ਰਹੇ ਸਾਨੂੰ ਆਰਡਰ ਹੈ ਸਕੂਟਰ ਤੇ ਜਾ ਰਿਕਸ਼ੇ ਤੇ ਜਾ ਰਿਹਾ ਜਾਂ ਟੈਂਪੂ ਤੇ ਮਾਲ ਜਾ ਰਿਹਾ ਸਾਡੇ ਕੋਲ ਬਿਲਕੁਲ ਤੁਸੀਂ ਦੇਖ ਸਕਦੇ ਹੋ ਹਰ ਕੋਈ ਜਿਹੜਾ ਦੁਕਾਨਦਾਰ ਹੈ ਕੁਛ ਨਾ ਕੋਈ ਬਹਾਨਾ ਲਗਾ ਕੇ ਇੱਥੇ ਆਪਣੇ ਕਰਦਾ ਹੁਣ ਪੁਲਿਸ ਪ੍ਰਸ਼ਾਸਨ ਵੀ ਜਿਹੜੇ ਹੈਗੇ ਹੁਣ ਇਹਨਾਂ ਦੁਕਾਨਦਾਰਾਂ ਦੇ ਉੱਤੇ ਕੋਈ ਨਾ ਕੋਈ ਕਾਰਵਾਈ ਕਰਦੀ ਹੋਈ ਦਿਖਾਈ ਦੇਖ ਸਕਦੇ ਹੋ ਇਸ ਸਮੇਂ ਹੋਰ ਜਿਹੜਾ ਇਕੱਠ ਹੈ ਵੱਡੀ ਤਦਾਦ ਦੇ ਵਿੱਚ ਜਿਹੜਾ ਦੇਖ ਸਕਦੇ ਹੋ ਕੋਈ ਵੀ ਸੋਸ਼ਲ ਡਿਸਟੈਂਸਿੰਗ ਜਿਹੜੀ ਹੈਗੀ ਆ ਉੱਥੇ ਨਹੀਂ ਰੱਖੀ ਜਾ ਰਹੀ ਦੁਕਾਨਦਾਰਾਂ ਵੱਲੋਂ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਤਸਵੀਰਾਂ ਨੇ ਇਹ ਮੋਜਪੁਰਾ ਬਾਜ਼ਾਰ ਦੀਆਂ ਨੇ ਤੁਸੀਂ ਦੇਖ ਸਕਦੇ ਹੋ ਕੋਈ ਵੀ ਜਿਹੜਾ ਡਿਸਟੈਂਸ ਹੈ ਕੋਈ ਵੀ ਨਹੀਂ ਰੱਖ ਰਿਹਾ ਇੱਥੇ ਅਤੇ ਕਿਤੇ ਨਾ ਕਿਤੇ ਇਸ ਸਮੇਂ ਜਦੋਂ ਮੀਡੀਆ ਦੇ ਕੈਮਰੇ ਚੱਲ ਰਹੇ ਨੇ ਤਾਂ ਸਭ ਦੁਕਾਨਦਾਰ ਜਿਹੜੇ ਹੈਗੇ ਨੇ ਇਸ ਸਮੇਂ ਬਾਹਰ ਹੈਗੇ ਨੇ ਕਿਉਂਕਿ ਇਸ ਸਮੇਂ ਸੋਸ਼ਲ ਡਿਸਟੈਂਸਿੰਗ ਦਾ ਕੋਈ ਵੀ ਜਿਹੜਾ ਹੈਗਾ ਇਹਨਾਂ ਵੱਲੋਂ ਧਿਆਨ ਨਹੀਂ ਆ ਰਿਹਾ ਪ੍ਰਸ਼ਾਸਨ ਇੱਥੇ ਘੁੰਮ ਕਰਨ ਦੀ ਨੀਂਦ ਸੌਂਦਾ ਹੋਇਆ ਦਿਖਾਈ ਦੇ ਰਿਹਾ ਕਿਤੇ ਨਾ ਕਿਤੇ ਤੁਸੀਂ ਦੇਖ ਸਕਦੇ ਹੋ ਅਸੀਂ ਹੋਰ ਵੀ ਤੁਹਾਨੂੰ ਅੱਗੇ ਚੱਲ ਕੇ ਦ੍ਰਿਸ਼ ਦਿਖਾਉਂਦੇ ਹਾਂ ਲੋਕ ਇਸ ਸਮੇਂ ਇਸ ਘਰਾਂ 'ਚੋਂ ਬਾਹਰ ਨਿਕਲੇ ਹੋਏ ਨੇ ਵੱਡੀ ਤਾਦਾਦ ਦੇ ਵਿੱਚ ਅਤੇ ਕੋਈ ਵੀ ਤੁਸੀਂ ਦੇਖ ਸਕਦੇ ਹੋ ਦੁਕਾਨਦਾਰਾਂ ਵੱਲੋਂ ਇੱਥੇ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ ਮੂੰਹ ਵੀ ਟੱਕਿਆ ਨਹੀਂ ਜਾ ਰਿਹਾ ਤੁਸੀਂ ਉਹ ਦੁਕਾਨਦਾਰ ਦੇਖ ਸਕਦੇ ਹੋ ਮੂੰਹ ਵੀ ਨਹੀਂ ਟੱਕਿਆ ਹੋਇਆ ਇਹਨਾਂ ਲੋਕਾਂ ਨੇ ਅਤੇ ਕਿਤੇ ਨਾ ਕਿਤੇ ਇਹਨਾਂ ਨੂੰ ਵੀ ਪੁੱਛਦੇ ਹਾਂ ਕਿ ਇਹਨਾਂ ਨੂੰ ਕੋਈ ਬਿਮਾਰੀ ਦਾ ਡਰ ਹੈ ਜਾਂ ਨਹੀਂ ਜੀ ਮੈਨੂੰ ਚੱਕਿਆ ਹੋਇਆ ਲੇਕਿਨ ਅਗਰ ਗੱਲ ਕਰੀਏ ਨਹੀਂ ਸਰ 11 ਵਜੇ ਤੋਂ ਜਿਹੜੇ ਹੋਲਸੇਲ ਜਿਹੜੇ ਸੀ 11 ਵਜੇ ਤੱਕ ਸੀਗੇ ਮਤਲਬ ਕਿ ਜਿਹੜਾ ਕੰਮ ਕਰਦੇ ਆ ਸਾਡਾ 11 ਨਹੀਂ ਸਾਡਾ 11 ਵਜੇ ਤੋਂ ਲੈ ਕੇ 6 ਵਜੇ ਤੱਕ ਇਸ ਟਾਈਮ 12:30 ਤੁਸੀਂ ਦੇਖ ਸਕਦੇ ਹੋ ਇੱਥੇ ਵੱਡੀ ਤਾਦਾਦ ਦੇ ਵਿੱਚ ਲੋਕ ਜਿਹੜੇ ਹੈਗੇ ਨੇ ਦੁਕਾਨਾਂ ਤੋਂ ਬਾਹਰ ਨੇ ਅਤੇ ਨਾਲ ਹੀ ਨਾ ਹੀ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਿਆ ਜਾ ਰਿਹਾ ਇੱਥੇ ਜਿਹੜੇ ਤੁਹਾਨੂੰ ਹੋਰ ਦਿਖਾਉਣਾ ਚਾਹਾਂਗੇ ਇੱਥੇ ਜਿਹੜੇ ਮੁਲਾਜ਼ਮ ਹੈਗੇ ਨੇ ਉਹ ਵੀ ਇੱਥੇ ਖੜੇ ਨੇ ਅਸੀਂ ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਚਲਾਨ ਕੱਟ ਰਹੇ ਨੇ ਸ਼੍ਰੀਮਾਨ ਜੀ ਕੀ ਕਹਿਣਾ ਚਾਹੋਗੇ ਤੁਸੀਂ ਸਰ ਇਹਨਾਂ ਨੂੰ ਅੱਜ ਤਾਂ ਸੋਆ ਦੇ ਨਾਕਾਬੰਦੀ ਕਰਕੇ ਇਹਨਾਂ ਨੂੰ ਇਹੀ ਕਹਿ ਰਹੇ ਕਿ ਮਾਰਕੀਟ ਦੇ ਅੰਦਰ ਵਹੀਕਲ ਨਹੀਂ ਲੈ ਕੇ ਆਉਣੇ ਹੈਗੇ ਬਟ ਇਹ ਲੋਕ ਫਿਰ ਆਲੇ ਦੁਆਲੇ ਵਿੱਚੋਂ ਘੁੰਮ ਕੇ ਆ ਰਹੇ ਗਲੀਆਂ ਦੇ ਵਿੱਚੋਂ ਉਸ ਤੋਂ ਬਾਅਦ ਅਸੀਂ ਉਹਨਾਂ ਦੇ ਇਹ ਸਟਾਰਟ ਕੀਤਾ ਕੰਮ ਕਾਰਵਾਈ ਕਰਨ ਲੱਗੇ ਹਾਂ ਤਲਾਨ ਲੱਗਦਾ ਕਿਤੇ ਕਿਤੇ ਦੁਕਾਨਦਾਰ ਬੇਖਬਰ ਨੇ ਜੀ ਇਸ ਸਮੇਂ ਇਹਨਾਂ ਬਿਮਾਰੀ ਤੋਂ ਸਰ ਦੁਕਾਨਦਾਰਾਂ ਨੂੰ ਵੀ ਸੁਬਾਹ ਦੇ ਅਸੀਂ ਇਹੀ ਗੱਲ ਕਹੀ ਹੈ ਕਿ ਤੁਸੀਂ ਆਪਣੇ ਵਹੀਕਲ ਪਾਰਕਿੰਗ 'ਚ ਕਰਨੇ ਆ ਇਹਨਾਂ ਨੂੰ ਪਾਰਕਿੰਗ ਦੇ ਵਿੱਚ ਵਹੀਕਲ ਲਾਉਣ ਦੇ ਬਾਵਜੂਦ ਵੀ ਇਹ ਲੋਕ ਇੱਥੇ ਵਹੀਕਲ ਆ ਰਹੇ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਇੱਥੇ ਇਹ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਆਪਣੀ ਮੁਸਤੈਦੀ ਕਰ ਰਿਹਾ ਲੇਕਿਨ ਦੁਕਾਨਦਾਰਾਂ ਵੱਲੋਂ ਕੁਝ ਵੀ ਜਿਹੜੀਆਂ ਹਦਾਇਤਾਂ ਜਿਹੜੀਆਂ ਹੈਗੀਆਂ ਨੇ ਉਹ ਇੱਥੇ ਨਹੀਂ ਵਰਤੀਆਂ ਜਾ ਰਹੀਆਂ ਅਤੇ ਨਾਲ ਹੀ ਲੋਕਾਂ ਨੂੰ ਜਿਹੜਾ ਚੰਦ ਪੈਸੇ ਦੇ ਕਮਾਉਣ ਦੇ ਚੱਕਰ ਦੇ ਵਿੱਚ ਜਿਹੜੀ ਕਿ ਇਹ ਕਾਰਵਾਈ ਜਿਹੜੀ ਹੈਗੀ ਇਹਨੂੰ ਅੰਜਾਮ ਦਿੱਤਾ ਜਾ ਰਿਹਾ ਥੋੜ੍ਹੇ ਪੈਸੇ ਦੇ ਕਮਾਉਣ ਦੇ ਚੱਕਰ ਦੇ ਵਿੱਚ ਆਪਣੀ ਜਾਨ ਦੇ ਨਾਲ ਆਪਣੇ ਪਰਿਵਾਰ ਦੀ ਜਾਨ ਦੇ ਨਾਲ ਲੋਕਾਂ ਦੀ ਜਾਨ ਦੇ ਨਾਲ ਜਿਹੜੀ ਹੈਗੀ ਹੈ ਇਹ ਲੋਕ ਖਿਲਵਾੜ ਕਰ ਰਹੇ ਨੇ ਕਿਤੇ ਨਾ ਕਿਤੇ ਇਹਨਾਂ ਨੂੰ ਜਿਹੜਾ ਹੈਗਾ ਇਹ ਇਸ ਚੀਜ਼ ਦੇ ਜਾਂ ਤਾਂ ਬੇਖਬਰ ਨੇ ਜਾਂ ਤਾਂ ਫਿਰ ਇਹ
चंद पैसे के लालच के इतने जोड़े है मौजूद इतने पुलिस कर्मचारी भी गल करने की कोशिश करते हैं जी की कहना चाहूँगा सर मैं तो अपना समान लेना आया जी घर वास्ते घरेलू खरीदने वास्ते थोक बच्चे लिता जी पाँच पाँच किलो थोक बच्चे लिता सर पाँच पाँच किलो के पैकेट लिते हैं सर्फ साबण घर ले जाने वास्ते घर लग देख सकते हो पुलिस मुलाजम खुद इतने रिटेल के समान लैन पहुंचे हुए हैं तो ना ही ना ये पुलिस मुलाजमान इतने ये नहीं पता कि इतने भी दुकाना बंद है ने रिटेल से समान नहीं विकेगा तो तुम देख सकते हो इतने जोड़े भी दुकानदार है इतने खुले खोल के बैठे हुए हैं तो ना ही इतने सोशल डिस्टेंसिंग का कोई भी ध्यान रखा जा रहा पुलिस मुलाजम भी जोड़े है इतने बसंत नगर थले समान लैन आए थे नहीं पहुँचाते भी है आइटम सारी नहीं मिलती ना फिर वो फिर कोई कोई आइटम लैनी पैंती आ गया पुछगिछ नहीं हुई नहीं पुछते फिर मतलब कि साढ़े पास है पास दिखा गया जी से चंद पास के चक्कर देख सकते हो कि पास की एक दिया धजिया उड़ाइया जा रही ने इतने कि जोड़े पु जे प्रशासन वालों जो पास जारी हुए ने उन्होंने लैके जोड़ा कि ये पूरे लोग इतने कानून धज्जिया उड़ाते हुए साफ दिखाई दे रहे हैं पुलिस मुलाजम जोड़े है कुर्सियां बैठे हुए थे हमने उठे ने जी तुम देख सकते हो कि जो कैमरे चलते हैं तो खड़े हो जाते हैं तो ना ही ये कोई इतने अंदर किसी को आन जान तो रोकते हैं तो ना ही कुछ इन्हों की कोई जिम्मेवारी बनती है इतने आही लग रहा है कि इन्हों की मिली भुगत के नाल ही ये जोड़े सारे काम जोड़े है वो इतने हो रहे हैं तो दुकानदार जोड़े है बेफिक्र हो के इतने जोड़े लोगों की जान के नाल खिलवाड़ करते हैं कितना कि देख सकते हो जोड़े इतने लोग ने इतने कि खचा खच जोड़ा है पूरा जोड़ा एरिया है ट्रैफिक के नाल भरया होया असी इतने भी जोड़े मुलाजम है ड्यूटी पर मौजूद उन्होंने भी गल कर गल करो तोमरा जी रिटेल च समान बेचा जा रहा है दुकाना से जरा इन्हों सिर्फ पास जो जारी किए गए प्रशासन वालों ये सिर्फ इन्हों पहुँचाने वास्ते पास जारी किए गए कि दुकाना से पहुँचाना है या घर च पहुँचाना है लेकिन यह तो इतनी हम की कह सकते इन्होंने पता होगा थाने पता हो बाकी भाई पीजर वाले रोकन डे भी गड्डिया ना जाए बद तो वह बिल्कुल तुम देख सकते हो इतने प्रशासन वालों जोड़े आदेश जारी किए पास जारी किए हुए थे वो जोड़े है कानून की उलंघना जी है वो इस बाजार के साफ दिखाई दे सकती है तुम देख सकते हो इनू लैके जोड़े लोग है कि परेशान ने नाल ही अगर गल करिए दुकानदार पूरी तरह बेखबर ने दुकानदार लोगों की जान के नाल खिलवाड़ कर रहे हैं पुलिस प्रशासन लुधियाने का सुत्ता पिया और तुम देख सकते हो इन्हों जे पास जारी किए गए थे वो सिर्फ तो घर तक पहुँचा दे या फिर दुकाना पर पहुँचा दे पास जारी किए गए थे लेकिन ये पास की आड़ के जोड़ा हैगा गोरखधंधा जोड़ा हैगा वो इस समय चलता जा रहा वड्डी तादाद के प्रशासन सुता होया हुण देखना होएगा कि प्रशासन की नींद कद खुलती है लुधियाना तो अभिषेक बैल के नाल अमनदीप खैरा टाइम्स पंजाब टीवी।